ਸਲਾਮ ਵਾਲੇਕੁਮ ਐਂਡ ਵੀ ਆਰ ਫਾਈਨਲੀ ਬੈਕ ਵਿਦ ਅਨਦਰ ਵਲੌਗ ਤਾਂ ਕੈਸੇ ਆਪ ਸਭ ਲੋਗ ਠੀਕ ਆ ਉਮੀਦ ਹੈ ਆਪ ਸਭ ਲੋਗ ਖੈਰੀਅਤ ਸੇ ਹੋਗੇ ਓ ਗਰੀਬੋ ਓ ਗਰੀਬੋ ਭੁੱਲੇ ਤਾਂ ਨੀਓ ਆ ਚੈੱਕ ਕਰੋ ਚੈੱਕ ਕਰੋ ਅੱਜ ਤੁਰਕੀ ਦੀ ਚੌਥੀ ਸ਼ਾਮ ਤਾੜਾ ਪਰਾ ਤਕਸੀਮ ਸਕੁਅਰ ਜਿਵੇਂ ਆਪਣਾ ਇੱਥੇ ਅਹੀ ਅੱਡਿਆਂ ਦੇ ਨਾਂ ਰੱਖੇ ਹੁੰਦੇ ਨਾ ਵੱਡਾ ਅੱਡਾ ਨਿਕਾਡਾ ਇਹਨੂੰ ਕਹਿੰਦੇ ਨੇ ਤਕਸੀਮ ਸੁਹਰ ਤੁਰਕੀ ਦਾ ਵੱਡਾ ਬਲੂ ਮੋਸਕ ਯਾਨੀ ਕਿ ਬਲੂ ਮੋਸਕ ਵਾਲਾ ਵੱਡਾ ਅੱਡਾ ਇਨ ਵਨ ਦੇ ਨੇ ਬਲੂ ਮੋਕਸ ਠੀਕ ਹੋ ਗਿਆ ਜੀ ਸੌਰੀ ਮੋਸਕ ਮੋਕਸ ਕਹਿੰਦਾ ਮੋਸਕ ਉਹ ਵੇਖੋ ਇੱਥੇ ਸਾਰੀਆਂ ਵਾਲੇ ਦੁਆਲੇ ਮਸੀਤਾਂ ਵਿੱਚ ਟ੍ਰੇਨ ਟ੍ਰੈਮ ਚੱਲਦੀ ਹੁੰਦੀ ਐ ਇੱਥੇ ਜਿੰਨੂੰ ਅਸੀਂ ਕਹੀਦਾ ਇੱਥੇ ਪੰਜਾਬੀਅਤ ਚ ਟ੍ਰੇਨ ਚੱਲਣ ਦੇ ਯੂ ਟ੍ਰੇਨ ਚੱਲਣ ਦੇ ਆਹ ਵੇਖ ਤੇ ਇਹ ਚੈੱਕ ਕਰੋ ਅੱਗੇ ਗੋਰੇ ਕਿਦਾਂ ਟੋਰੀ ਸ਼ਾਟ ਮਤਲਬ ਤੁਰਦੇ ਫਿਰਦੇ ਪਿਓ ਦੁਕਾਨ ਦਾ ਨਾਮ ਚੈੱਕ ਕਰੋ ਬਚਾਹੋ ਓ ਯਾਰ ਮੂੰਹ ਲਫ਼ਜ਼ ਹੀ ਪਸ ਗਏ ਮੇਰੇ ਯਾਰ ਪਤਾ ਨਹੀਂ ਕਿੱਦਾਂ ਦੀ ਜ਼ੁਬਾਨ ਹੈ ਇਹਨਾਂ ਦੀ ਯਾਰ ਮੇਰੇ ਤੇ ਕੋਈ ਪੱਲੇ ਨਹੀਂ ਦੀ ਪੈਂਦੀ ਯਾਰ ਪਰ میں نے بہت زیادہ کوشش کی کہ آپ لوگوں کے لیے جتنی لمبی زیادہ ویڈیو ہو سکے بنا سکوں تو یہ میں بھی رات کا تھوڑا سا ٹائم تھا میں ہوتل میں بور ہو رہا تھا تو میں نے سوچا کہ وہاں سے باہر نکلیں ذرا آپ لوگوں کو مول چھول چیک کرائے آؤ ذرا تانو ترکی کی چھلی چیک کرائیے کہ ترکی سے چلیاں کتنا دیا بن دیا جی اتو ریڑیاں تو لیندے ہو نا آج چیک کرو کے احسن طریقے انہیں بھٹے لائے اتنے جیسے انڈیا سے بھٹا کہ نا جنوں یہ چلیاں بجیا چلیاں یہ بجیا چلیاں کے دے بنے وہ چیک کرو گول گول, گول ਗਲੋਬ ਬਣੇ 50 ਲੀਰੇ ਦੀ ਛੱਲੀ ਵੇਚੰਦੇ ਆ ਉਹ ਇੱਥੇ ਸਾਡੇ 50ਵਾਂ ਦੀ ਛੱਲੀ ਲੱਭ ਜਾਂਦੀ ਪਾਕਿਸਤਾਨੀ ਦਾ ਗੈਸ ਕਰੋ ਬਜੀ ਕਿੱਡੇ ਸਕੂਨਾਂ ਫੋਟੋਆਂ ਖਚਾਣ ਦੀ ਤੇ ਤੁਹਾਡਾ ਪਰਾ ਛੜਾ ਛੜ ਕੱਲਾ ਇੱਥੇ ਤੁਰ ਹੀ ਫਿਰਦਾ ਹੋਵੇ ਕੋ ਹਾਫਜ਼ ਮੁਸਤਫਾ 1864 ਦੀ ਦੁਕਾਨ ਬਣੀ ਆ ਜੀ ਕੋਈ ਸੰਥ ਸੁਨਸ ਬਣੀ ਆ ਤੇ ਯਾਰ ਮੈਂ ਕਹਿੰਨਾ ਅਨਬਿਲੀਵੇਬਲ ਐਕਸਪੀਰੀਅੰਸ ਆ ਉਹ ਵੇਖੋ ਲੋਰਸ ਬ੍ਰਾਂਡ ਵੀ ਇੱਥੇ ਹੈਗਾ ਵਾ ਮੈਂ ਕਹਿੰਦਾ ਹਰ ਕਿਸਮ ਦਾ ਬ੍ਰਾਂਡ ਇੱਥੇ ਹੈਗਾ ਯਕੀਨ ਕਰੋ ਆ ਵੇਖੋ ਇੱਥੇ ਡਿਲੀਵਰੀ ਵਾਲੇ ਵੀ ਕੰਮ ਕਰਨ ਦੇ ਪਰ ਇੱਥੇ ਯਾਰ ਇੱਕ ਗੱਲ ਮੇਰੀ ਰੇਂਜ ਰੱਖ ਲਓ ਵਰਕ ਵੀ ਦੇ ਨਹੀਂ ਜੇ ਲੱਭਦੇ ਤੁਰਕੀ ਆਪਣਾ ਤੁਰਕੀ ਦੇ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਨਾ ਵੇਖੋ BMW ਦਾ ਟੈਕਸੀ ਚੱਲਣ ਦੇ ਹੀ ਉੱਥੇ ਤੇ ਸਾਡੇ ਇੱਥੇ BMW ਦੇ ਲਾਗੇ ਖਲੋ ਕੇ ਜਿਹੜਾ ਫੋਟੋ ਖਿੱਚ ਲਿਓ ਉਹਦਾ ਤੇ ਕਤਲ ਕਰਨ ਨੂੰ ਫਿਰਦੇ ਲੋਕੀ ਯਾਰ ਆ ਵੇਖੋ ਬਕਲਾਵਾ ਤੁਰਕਿਸ਼ ਡਿਲਾਈਟ ਵੀ ਕਿਹੜੇ ਕਿਹੜੇ ਵਧੀਆ ਤਰੀਨ ਹੋਟਲ ਆ ਅਸੀਂ ਤੇ ਉਹ ਕਮੀਨੇ ਲੋਕ ਆ ਕਿ ਬਾਰ ਦੇ ਮੁਲਕਾਂ ਚ ਜਾ ਕੇ ਵੀ ਕਹੀਦਾ ਕਿ ਉਹ ਨੁਕਰ ਲੱਭੀ ਹੈ ਜਿੱਥੇ ਸਭ ਨੂੰ ਸਸਤੀ ਸ਼ੈ ਲੱਭੇ ਹੁਣ ਆ ਵੇਖਣੇ ਕਿ ਨਾਮ ਦਾ ਖਸਪੀ ਖਾਓਸੀ ਉਹ ਮੂੰਹ ਚ ਲਾ ਭਾਈ ਬਹੁਤ ਫਸ ਗਿਆ ਕਿੱਦਾਂ ਦੇ ਨਾ ਤੁਹਾਡੇ ਤਕਸੀਮ ਡੋਨੇਰ ਤੇ ਬਾਰਿਸ ਬੁਫ ਉਹ 버ਗਰ ਕਿੰਗੇ ਕਨੇਰ ਆਇਆ ਮੈਨੂੰ ਜਿਹੜਾ ਸੌਖਾ ਨਾ ਲੱਗਦਾ ਮੈਨੂੰ ਆ ਵੇਖੋ ਗੋਦੀ ਸਿਰ ਸਿੱਟ ਕੇ ਆਪਣੇ ਬੰਦੇ ਦੇ ਹੱਥਾਂ ਚ ਹੱਥ ਪਾ ਕੇ ਜਾਈ ਜਾਂਦੀ ਸੀ ਤੇ ਚਲੋ ਜੀ ਆ ਚੜ ਗਿਆ ਡੇ ਪੰਜ ਤੇ ਮੈਂ ਕਹਾਂ ਆਓ ਜਰਾ ਤੁਹਾਨੂੰ ਨਜ਼ਾਰੇ ਕਰਾਈਏ ਮੇਰੇ ਹੋਟਲ ਦਾ ਬ੍ਰੇਕਫਾਸਟ ਚੈੱਕ ਕਰੋ ਕਿੱਡਾ ਫਤਿਹ ਤਰੀਨ ਹਾਲਾ ਕਿਸਮ ਦਾ ਗਰੀਬੋ ਸ਼ਰੀਕੋ ਮੇਰੀ ਵੀਡੀਓ ਨੂੰ ਬਗੈਰ ਸਬਸਕ੍ਰਾਈਬ ਵੇਖਣ ਵਾਲੇ ਕਮੀਨੇ ਸ਼ਖਸ ਆ ਵੇ ਆ ਚੈੱਕ ਕਰ ਤੇਰਾ ਭਰਾ ਕੱਡੇ ਲਜੀਜ਼ ਲੰਗਰ ਦੇ ਨਾਲ ਸਵੇਰੇ ਸਵੇਰੇ ਆਪਣਾ ਨਾਸ਼ਤਾ ਕਰਦਾ ਪਿਆ ਯੋਏ لو جی انال تربوز آگے اپنا تو یار یہ سہت ساتھ چیک کریں اوپر آڑو یہ اوپر کوئی بریڈ وغیرہ پڑی ہوئی تھی تو ساتھ میں صاف ستھری پلیٹیں ساڑھے ہوٹلوں سے پلیٹان بھی نشان لگے ہوں گندیاں پلیٹاں یہ چیک کریں چھلیاں اور یہ کوئی چاول چوبل اور میٹھے یار میٹھے میں اتنا کچھ تھا یقین کرے کہ مجھے سمجھ ہی نہیں آ رہا تھا کہ میں کیا کھاؤں اور کیا نہ کھاؤں یہ چیک کریں اتنے فریش جوس تھے کہ یقین کریں میں نے پیے تو میرے گردوں کو راس ہی نہ آئے وہ اندر جا کے <laughs> ਮੇਰੇ ਮੇਰੀ ਤਬੀਅਤ ਖਰਾਬ ਹੋਣਾ ਸ਼ੁਰੂ ਹੋ ਗਈ ਯਾਰ ਕਿਉਂਕਿ ਅਸੀਂ ਸਾਰੀ ਜ਼ਿੰਦਗੀ ਖਾਦੀ ਮਲਾਵਟ ਮੈਂ ਤੇ ਕਿਹਾ ਯਾਰ ਇੱਥੇ ਖਾਲਿਸ਼ ਆਵਾਂ ਥਾ ਕਿ ਕਦੇ ਤੁਹਾਡਾ ਭਰਾ ਬਿਮਾਰ ਹੀ ਨਾ ਹੋ ਜਾਵੇ ਚਲੋ ਯਾਰ ਫਾਈਨਲੀ ਡਿਨਰ ਨੂੰ ਨਾ ਆਪਣਾ ਕੀ ਕਹਿੰਦੇ ਲੰਚ ਆਪਣਾ ਕੀ ਕਹਿੰਦੇ ਬ੍ਰੇਕਫਾਸਟ ਕਰ ਕੋ ਲਿਆ ਤੁਹਾਡੇ ਨਾਲ ਗੱਪਾਂ ਛਪਾਂ ਮਾਰਦੇ ਯਾਰ ਮੈਨੂੰ ਤੇ ਛਾਵਾਂ ਦੇ ਨਾਂ ਹੀ ਭੁੱਲ ਭੁੱਲ ਗਏ ਆ ਤੇ ਵਾਸੇ ਯਾਰ ਵਾਹਾਂ ਸੇ ਫਿਰ ਮੈਂ ਨਿਕਲ ਚੁਕਾ ਥਾ ਵਾਹਾਂ ਸੇ ਨਿਕਲਾ ਮੈਂ ਅਗੇ ਰੋਡ ਟ੍ਰਿਪ ਤੇ ਨਿਕਲਾ ਇੱਕ ਮੈਨੇ ਬਲੂ ਮੋਸ ਤੇ ਜਾਣਾ ਥਾ ਇੱਕ ਉਹ ਸਾਬੂ ਕੋ ਮੈਂ ਬਲੂ ਮੋਸ ਕੀ ਆਪ ਲੋਕ ਸੋਚ ਰਹੇ ਹੋਣੇ ਕਿ ਸਾਰਿਆਂ ਨੂੰ ਬਲੂ ਮੋਸ ਕਹੀ ਜਾਂਦਾ ਕੀ ਹੈ ਇਹ ਬੰਦਾ ਹੈ ਕਿੱਥੋਂ ਆਇਆ ਕਾਂ ਸੇ ਆਤੇ ਆਂ ਇਹ ਲੋਕ ਮੈਂ ਪਾਕਿਸਤਾਨ ਚ ਗਿਆ ਹਾਂ ਨਾ ਯਾਰ وہ اتنی مسیطوں کے مشکل مشکل نام تھے پھر یہ دیکھیں نا اب یہ سارا ماحول چھول ہے یہ ارتگل کی فوٹے ہیں چھوٹے ہیں عثمان کا جو مطلب سیزن تھا اس کی فوٹے ہیں چھوٹے ہیں اور یہ ساتھ میں وی آئی پی ہوٹل بنے ہوئے ہیں بھائی یہ بڑے مہنگے مہنگے ہوٹل ہیں یہاں پہ سٹارز لوگ آکے کے رہتے ہیں آپ کے بھائی نے بھی ایک نائٹ یہاں پہ سٹے کیا ہوا ہے تو بڑا مزہ آ رہا تھا یار یقین کریں لیکن وہ اپنا بجٹ بھی مینج کرنا تھا تو یار یہ چیک کریں آگے آپ لوگ کہ یہ ٹیکسیاں کتنی مطلب کہ یہاں پہ نارمل روٹین میں یلو کلر کی ٹیکسی ٹیکسی چلتی ہے باقی آپ اور گاڑی کو نہیں ٹیکسی کے طور پہ چلا سکتے ہیں یہاں پہ رول ہے تو یار یہ آگے آپ ساتھ ساتھ چیک کرتے جائیں آپ لوگوں کو یار میں ایک آپ لوگوں کو اپنا ایکسپیرینس بتا دوں کہ اگر زندگی کا نظارہ لینا ہے نا اگر کسی نے ٹریول ہسٹری بنانی ہے یورپ جانے کے لیے تو وہ یار پہلے اظہربائی جان جائے پھر ساتھ میں وہ کا کہتے ہیں اس کو دبئی سعودیا اور ترکی ساتھ میں ملیشیا انڈونیشیا تھائی لینڈ سنگاپور تو یہ مطلب کہ ویتنام سری لنکا جہاں پہ آپ کو ویزے بنگلہ دیش ہو گیا یہاں پہ آپ کو ویزے آسانی سے اویلیبل ہو جائیں نہ ان کے ویزے لگوا لیں کوئی پانچ سات دس ملک پھر کے آپ پھر ڈائریکٹ یورپ کا اپلائی کریں یا اس کے بعد یو کے کا اپلائی کریں میں تو اپنی ٹریول ہسٹری اس لیے بہتر کر رہا ہوں کیونکہ میں نے آگے انشاءاللہ اللہ کوشش کر رہا ہوں یورپ کا ویزا لگوانے کی تو باقی یہ آپ لوگ گاڑی سے ماحول چیک کریں آپ وہ چیک کریں بلو موسک کے پاس ہم لوگ پہنچ چکے ہیں جی تو اب یہ اس کے اندر آئے ہیں یہاں پہ اندر جانے کا رول ہے کہ عورتیں ہیں چاہے وہ لڑکا ہے اس نے پورا کور کرنا ہے سر کو بھی ٹانگوں کو بھی یا ویکو گوری نے اتھو میرے سامنے زکاف لیا وی لیڈا دے کے کیا اب ویکو ابھی پاگ چلی اندر ਤੇ ਮਤਲਬ ਕਿ ਨਾ ਬੜਾਈ ਵੀਆਪੀ ਕਿਸਮ ਦਾ ਮੋਲ ਥਾ ਉਹਨਾਂ ਨੇ ਬਹੁਤ ਇhtਰਾਮ ਦਾ ਮਤਲਬ ਹਰ ਬੰਦੇ ਨੂੰ ਆਪਣੇ ਆਪਣੇ ਰੂਲ ਉਹਨਾਂ ਨੇ ਫੋਲੋ ਕਰਵਾਏ ਆ ਸਾਡੇ ਪਾਕਿਸਤਾਨੀ ਭਾਈ ਇੱਥੇ ਬਾਦਸ਼ਾਹੀ ਮਸਜਿਦ ਚ ਚੱਲਿਓ ਇੱਥੇ ਆਪਣੀਆਂ ਕੁੜੀਆਂ ਜਿਹੜੀਆਂ ਨੇ ਉਹ ਫੋਟੋਆਂ ਖਿੱਚਣ ਦਈਆਂ ਨੇ ਤੇ ਬਗੈੜ ਬੱਟੇ ਤੋਂ ਤੇ ਉਹਨਾਂ ਦੀਆਂ ਕੁੜੀਆਂ ਜਿਹੜੀਆਂ ਨੇ ਬਾਹਰੋਂ ਗੋਰੀਆਂ ਆਈਆਂ ਨੇ ਉਹ ਹਜਾਬ ਘਰ ਘਰ ਕੇ ਫੋਟੋਆਂ ਖਿੱਚਣ ਦਈਆਂ ਨੇ ਐ ਸਾਡੇ ਮਤਲਬ ਕਿ ਕੌਮ ਦੇ ਹਾਲਾਤ ਆ ਇੱਥੇ ਬਾਦਸ਼ਾਹੀ ਮਸਜਿਦ ਦੇ ਵਿੱਚ ਤੇ ਲੋਕ ਜੀ ਹਮ ਲੋਕ ਪਹੁੰਚ ਚੁਕੇ ਆ ਬਲੂ ਮਸਕ ਇਹ ਚੈੱਕ ਕਰੇ ਕਿਤਨੀ ਖੂਬਸੂਰਤ ਇਤਨਾ ਪੀਸਫੁਲ ਮਾਹੌਲ ਥਾ ਨਾ ਕਿ ਮੈਂ ਆਪ ਲੋਕੋ ਬਤਾ ਨਹੀਂ ਸਕਦਾ ਇਤਨਾ ਟੂਰਿਸਟ ਆਇਆ ਹੋਆ ਥਾ ਯਹਾਂ ਪੇ ਮੈਂ ਆਪ ਲੋਕੋ ਐਕਸਪਲੇਨ ਹੀ ਕਰ ਸਕਦਾ ਤਾਂ ਆ ਵੀ ਸਾਡੇ ਨਾਲ ਮਾਤੜ ਪਾਈ ਸੀ ਕੋਈ ਇਹ ਵੀ ਪਾਕਿਸਤਾਨੀ ਇਕੱਠੇ ਹੋਏ ਵਿਚਾਰੇ ਟੂਰ ਟੂਰਿਸਟ ਬਣਾਉਣਾ ਆਏ ਆਪਣੀ ਆ ਵੀ ਇੱਕ ਮੁੰਡਾ ਸਿਆਲ ਕੋਟ ਦਾ ਹੀ ਤੇ ਇਹ ਸਾਡਾ ਟੂਰਿਸਟ ਗਾਈਡ ਸੀ ਦੋ ਭਰਾ ਚੈੱਕ ਕਰੋ ਕਿੱਡੇ ਸੋਹਣੇ ਮੰਮੀ ਡੈਡੀ ਮਾਵਾ ਨੇ ਜੰਮ ਕੇ ਤੇ ਵੇਖੋ ਕਿਹੜੇ ਕਾਮਿਆਂ ਲਾਇਕ ਕੰਮ ਕਰਨ ਦੇ ਪੈਸੇ ਕਮਾਉਣ ਦੇ ਅਸੀਮਾ ਪਿਓ ਦਾ ਪੈਸਾ ਜਾਣਾ ਨਹੀਂ ਉਹ ਵਿਲਿਓ ਵਿਲਿਓ اچھا تو یار میں وہاں سے فری ہو کہ آگے نکل چکا تھا وہ سائیڈ پہ چیک کریں کتنے کروز شپ جا رہے ہیں اپنے اپنے کاموں پہ لگے ہوئے ہیں سارے کے سارے ویڈیو میں نے تھوڑی سی تیز کر دی تھی کیونکہ یار ویڈیو تھوڑی سی لمبی تھی تو میں نے سوچا کہ آپ لوگ کہیں بور نہ ہو جاؤ تو میں نے سوچا کہ آپ لوگوں کو تھوڑا سا فاسٹ ٹریک میں ویو دکھا دیتے ہیں سمندر میں اتنا پرسکون ماحول تھا میں آپ لوگوں کو یقین کریں کہ ایکسپلین نہیں کر سکتا تھا اور میں چھوٹے چھوٹے پارٹ بنا رہا ہوں تاکہ آپ لوگوں کو مزہ آتا رہے جلدی سے جائیں چینل کو سبسکرائب سبسکرائب کریں ویڈیو کو لائک اینڈ شیئر کریں پچھلی ویڈیو پہ آپ لوگوں نے ماشاء اللہ بہت زیادہ پیار دکھایا چار سو پلس اس کو ویوز ہو چکے ہیں اسی طرح ان میرے سارے ٹور کو مطلب پرموٹ کریں ویڈیو کو لائک شیئر کریں چینل کو سبسکرائب کریں ان شاء اللہ تعالیٰ آپ سے بہت جلد اب ڈے فائیو میں ملیں گے اور بس ڈے فائیو میں ملتے ہیں اوکے بائے